ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੈਨੂੰ ਬੇਬੇ ਨਛੱਤਰਾ ਛੇਤੀ ਤੂੰ ਡਰਾਵਲੀ ਸਿਖਾ। ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੇਰੇ ਸਾਲੇ ਦੀ ਪਤਾ ਮੈਨੂੰ ਨਹੀਂ ਕਿਧਰ ਮਰ ਡਰਾਵਲੀ ਗਈ ਵੇ, ਸਿਖਾ ਘੰਟਾ ਹੋ ਗਿਆ ਰੋਟੀ ਨਹੀਂ ਪਾਉਂਦੀ ਹੈ। ਮੈਨੂੰ ਡਰਾਵਲੀ ਸਿਖਾ। ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੈਨੂੰ ਡਰਾਵਲੀ ਸਿਖਾ ਵੇ ਨਛੱਤਰਾ, ਮੈਨੂੰ ਡਰਾਵਲੀ ਸਿਖਾ। ਨਹੀਂ ਤੇ ਇੱਥੋਂ ਕਿੱਥੋਂ ਲਵਾਂ ਮੈਂ ਗੱਡੀ ਨਹੀਂ ਪਨਾ ਹੈ। ਸਾਗਰ ਦੀ ਵਹੁਟੀ ਤਾਂ ਗੂੰ ਖਾਊਗੀ, ਹੁਣ ਤੂੰ ਵੀ ਗੂੰ ਖਾਏਂਗੀ। ਤੈਨੂੰ ਘੰਟਾ ਹੋ ਗਿਆ ਆਵਾਜ਼ਾਂ ਮਾਰਦੀ, ਰੋਟੀ ਤਾਂ ਇੱਥੋਂ ਪਾਈ ਦੀ ਜਾਂਦੀ। ਗੱਡੀ ਸਿਖਾ, ਗੱਡੀ ਸਿਖਾ ਦੱਸ। ਕੋਈ ਰੋਟੀ ਰੋਟੀ ਨਹੀਂ ਬਣਦੀ ਹੈਗੀ, ਕਿਉਂ ਹੋਰ ਕਿੱਥੇ ਮੁਕਲਾਵੇ ਜਾਏਗੀ ਅੱਜ? ਨਾ ਮੈਨੂੰ ਨਹੀਂ ਪਤਾ, ਮੈਨੂੰ ਤਾਂ ਡਰਾਈਵਲੀ ਸਿਖਾਓ। ਕਿਉਂ ਗੱਡੀ ਬਣਾਉਣੀ ਹੈ ਨੀ, ਮੈਂ ਸਵਾਰੀ ਲਾਣ ਜਾਣਾ, ਤੂੰ ਰੋਟੀ ਪਾ ਦੇ। ਕੀ ਮੰਗਦੀ ਹੈ ਗੱਡੀ ਤੋਂ? ਤੁਹਾਨੂੰ ਪਤਾ ਹੈਗਾ ਮੈਂ ਤਾਂ ਡਰਾਈਵਲੀ ਨਹੀਂ, ਸਿੱਖਣੀ ਹੈ। ਘਰ ਦਾ ਕੰਮ ਕਰ ਲੈ, ਝਾੜੂ ਪੋਚੇ ਕਰ ਲੈ, ਮੈਂ ਸੰਭਾਲ ਲੈ, ਕੱਖ ਪਾ ਲੈ ਦੱਸ। ਹੈ ਸਾਗਰ ਦੀ ਵਹੁਟੀ ਦੇ ਪਿੱਛੇ ਜ਼ਰੂਰੀ ਲੱਗਣਾ ਤੈ, ਨਾ ਮੈਨੂੰ ਨਹੀਂ ਪਤਾ, ਮੈਂ ਤਾਂ ਸਿੱਖਣੀ ਹੈ ਗੱਡੀ। ਪਰ ਤੂੰ ਸਵਾਰੀ ਲਾਇਆ, ਮੈਂ ਘਰੇ ਰਹਿ ਜਾਣਾ। ਲੈ ਜਾ ਚਾਬੀ, ਨਾਲੇ ਉਹਨਾਂ ਨੂੰ ਮਾਰ ਦੀ, ਨਾਲੇ ਆਪ ਮਰਜੀ ਸਿੱਖ ਲਈ ਗੱਡੀ। ਐਂ ਕਿਉਂ ਕਰਦੇ ਹੋ ਜੀ, ਸਿਖਾ ਦਿਓ ਹੈਂ, ਸਿਖਾ ਦਿਓ। ਹੜਦੀ ਨਹੀਂ ਹੁਣ ਸਿੱਖੇ ਬਿਨਾ? ਨਾ ਮੈਂ ਨਹੀਂ ਹੜਦੀ। ਚੱਲ ਫਿਰ 5-4 ਦਿਨ ਸਿਖਾਊਂਗਾ, ਪਹਿਲਾਂ ਤੈਨੂੰ ਦੱਸੂਗਾ ਵੀ ਆਹ ਗੱਡੀ ਆ, ਅੱਜ ਐਂ ਕਰ ਧੋ ਇਹਨੂੰ, ਪਹਿਲਾਂ ਧੋਇਆ ਕਰਦੇ ਨੇ ਫਿਰ ਗੱਡੀ ਸਿੱਖਿਆ ਕਰਦੇ ਨੇ। ਹੈਂ ਹੁਣ ਬੂਸਰਾ ਪਰਾਂ ਕਰ ਲਿਆ, ਮੈਂ ਤਾਂ ਸਿਖਾ ਦਿਓ। ਸਿਖਿਆ ਦਾ 4,000 ਰੁਪਇਆ ਲੱਗੂਗਾ 15 ਦਿਨਾਂ ਦਾ। ਹੁਣ ਤੁਸੀਂ ਮੇਰੇ ਤੋਂ ਪੈਸੇ ਲੈਂਦੇ? ਇਹ ਤਾਂ ਵਿਹਾਰ ਆ, ਮੇਰਾ ਤਾਂ ਕੰਮ ਆ। ਘਰਦਿਆਂ ਤੋਂ ਪੈਸੇ ਕੌਣ ਲੈਂਦਾ ਹੁੰਦਾ? ਦੇ ਮੈਂ ਘਰਦਿਆਂ ਤੋਂ ਪੈਸੇ ਨਹੀਂ ਲਊਂਗਾ, ਫਿਰ ਦੇ ਕੇ ਨਾ ਘੋੜੇ ਨੇ ਘਾਹ ਨਾਲ ਯਾਰੀ ਪਾ ਲਈ, ਫਿਰ ਖਾਊਗੀ। ਮੈਂ ਤੁਹਾਡੇ ਕਿੱਦਾਂ ਦੇ ਧੰਦੇ ਕਰਦੀ, ਮੈਂ ਤਾਂ ਕਦੇ ਪੈਸੇ ਨਹੀਂ ਦੇਣਾ। ਅੱਛਾ ਚੱਲ ਫਿਰ ਕੋਈ ਨੀ, ਸਿਖਿਆ ਦਾਂਗੇ, ਅੱਜ ਤਾਂ ਰੋਟੀ ਤਾਂ ਪਕਾ ਲੈ, ਸਿਖਿਆ ਤੂੰ। ਕਰਦਾ ਮੈਂ ਗੱਲ ਕਿਸੇ ਡਰਾਈਵਰ ਨਾਲ, ਫਿਰ ਸਿਖਾਵਾਂਗੇ ਤੈਨੂੰ ਗੱਡੀ। ਹੈਂ ਪਾ ਰੋਟੀ ਇੱਥੋਂ ਆ, ਸਾਗਰ ਦੀ ਵਹੁਟੀ ਨੇ ਲੋਕ ਤਪਾਏ ਨੇ। ਰੇਕੇ ਚੱਕ ਕੇ ਕੈਮਰੇ ਚ ਕਹਿੰਦੀ ਮੈਨੂੰ ਗੱਡੀ ਵੇਚ ਗਿਆ, ਗੱਡੀ ਵੇਚ ਗਿਆ। ਉਧਰੋਂ ਜਦ ਮੂਹਰੋਂ ਨਾ ਕੋਈ ਟਰੱਕ ਆ ਜਾਂਦਾ ਮੇਰੇ ਸਾਲੇ ਦੇ, ਫਿਰ ਕਲੱਚ ਬ੍ਰੇਕ ਭੁੱਲ ਜਾਂਦੇ ਨੇ ਸਿੱਧੀਆਂ ਨਾਲੇ ਚ, ਫਿਰ ਛੱਤ ਤੇ ਖੜੇ ਕਰਦੇ ਨੇ, ਕੱਦ ਲੋ ਜੀ ਬਾਏ, ਕੱਦ ਲੋ ਜੀ। ਫਿਰ ਐਂ ਕਰੀ ਮੇਰੇ ਸਾਲੇ ਦੀ ਭਾਲ ਦੀ ਗੱਡੀ ਰੇ ਚਲਾਣੇ। ਲੈ ਕਰਦੀ ਆ ਟੋਕੀ ਦਵਾਈ ਨੂੰ ਕਿੰਨੀ ਫੜਾਉਣੀ ਆ, ਲੱਸੀ ਲੈ ਆਉਣਗੇ ਹੁਣ ਦੁਕਾਨ ਤੇ, ਜਾਣਗੇ ਆਉਂਦੇ ਹੋਏ ਲੈ ਆਉਣਗੇ 70 ਕਿਲੋ ਸੀ। ਟੋਕੀ ਦਵਾਈ? ਹਾਂ ਦੁਕਾਨ ਤੇ ਨਹੀਂ ਜਾਂਦੇ? ਜਾਊਂਗਾ। ਲੈ ਫਿਰ ਐਂ ਕਰੋ ਆ ਕਿੰਨੀ ਲੈ ਜਾਓ, ਲੱਸੀ ਪਵਾ ਲਿਆ 79 ਕਿਉਂ? ਕਿਉਂ ਮੈਂ ਦੁਕਾਨ ਤੇ ਲੱਸੀ ਵੇਚੂਗਾ ਹੁਣ? ਓਹੋ ਐਂ ਨੀ ਕਹਿੰਦੀ, ਦੁਕਾਨ ਤੇ, ਦੁਕਾਨ ਤੇ ਤਾਂ ਜਾਓਗੇ ਤੁਸੀਂ ਕਿਸੇ 2 ਮਿੰਟ ਖੜਾ ਕੇ ਆਉਂਦੇ ਹੋ, ਜਦ ਆਓਗੇ ਦੁਪਹਿਰੇ ਰੋਟੀ ਖਾਣ ਉਦੋਂ ਲੱਸੀ ਲੈ ਆਈ। ਦੁਪਹਿਰੇ ਕੌਣ ਲੱਸੀ ਪੀਂਦਾ ਹੈ, ਸਵੇਰੇ ਪੀਂਦਾ ਰੋਟੀ ਨਾਲ? ਆਹੋ ਕੁਛ ਨੀ ਹੁੰਦਾ, ਕੜੀ ਬਣਾਵਾਂਗੇ ਆਥਣੇ। ਤੂੰ ਐਂ ਕਹਿਤਾ ਵੀ ਕੜੀ ਵਾਸਤੇ ਲੱਸੀ ਚਾਹੀਦੀ, ਜਦੋਂ ਮਰਜ਼ੀ ਲਈ ਜਾ ਥੰਦੋ ਪਹਿਲਾਂ। ਹਾਂ ਹਾਂ ਲੈ ਆਈ ਲੱਸੀ, ਠੀਕ ਹੈ? ਠੀਕ ਹੈ ਹਾਂ, ਜਾਓ ਫਿਰ। ਹੈ ਨੀ ਮੈਂ ਮਰ ਜਾ, ਪਹਿਲੀ ਵਾਰ ਦੇਖੀ ਆ ਮੈਂ, ਕਿਵੇਂ ਕਰਦੇ ਨਿਕਲਦਾ ਕੋਈ? ਇਹ ਦੇਖੀ ਨੀ ਪਹਿਲੀ ਵਾਰ, ਪਰ ਇਹ ਜੇ ਸੂਟ ਚ ਪਹਿਲੀ ਵਾਰ ਦੇਖੀ ਆ। ਫਿਰ ਕੀ ਹੋ ਗਿਆ, ਹੁਣ ਫਿੱਕੇ ਪਾਉਣ ਲੱਗ ਗਈ? ਹੁਣ ਤਾਂ ਤੁਹਾਨੂੰ ਆਏ ਹੋ ਗਿਆ ਵੀ ਫਿੱਕੇ ਪਾਉਂਦੀ ਆ। ਚੱਲ ਆ ਚੁੰਨੀ ਚ ਗੁਲਾਬੀ ਰੰਗ ਤਾਂ ਹੈਗਾ, ਫਿਰ ਵੀ ਸੁਹਾਗ ਦਾ ਮੈਂ ਤਾਂ ਐਂ ਕਹਿਣਾ। ਹਾਂ ਹੋਲੀ ਲਵੇ ਆਉਂਦੀ ਆ ਤਾਂ ਹਾਸੀ ਨਿਕਲ ਗਈ ਦੀ ਦੇਖ ਕੇ। ਚੱਲ ਬਦਲ ਲੂੰਗੀ ਹੋਲੀ, ਜਦ ਹੋਲੀ ਆਊਗੀ। ਜਾਂ ਮੇਰੇ ਤਾਂ ਕੋਈ ਨੀ ਰੰਗ ਪਾਉਣ ਆਉਂਦਾ ਹੈਗਾ, ਹੈ ਰੰਗ ਰੁੰਗ ਕੋਈ ਨੀ ਪਾਉਂਦਾ ਹੈਗਾ ਮੇਰੇ ਤੇ। ਹੁਣ ਤਾਂ ਹੋਲੀ ਤੋਂ ਪਹਿਲੀ ਪਾ ਜਾਂਦੇ ਨੇ ਬਾਰ ਬੂਰ ਲਾ ਕੇ ਰੱਖੀ। ਚੰਗਾ ਇਹ ਵੀ ਤੁਹਾਡੀ ਗੱਲ ਠੀਕ ਹੈ ਜੀ, ਹੈ ਠੀਕ ਹੈ ਜੀ। ਪਤਾ ਕੀ ਹੈ, ਹੁਣ ਹੋਲੀ ਤਾਂ ਤਿਉਹਾਰ ਸੀ, ਉਹ ਤਾਂ ਲੋਕ ਗਏ ਭੁੱਲ। ਹੁਣ ਤਾਂ ਤਿਉਹਾਰ ਦੇ ਬਹਾਨੇ ਛੇੜਖਾਨੀਆਂ ਕਰਦੇ ਨੇ। ਉਸ ਸਮੇਂ ਨੂੰ ਛੇੜਨਾ ਹੋਣਗੇ, ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਮਸਤੀ ਕਰਦੇ ਨੇ ਲੋਕ, ਦੇਖਿਆ ਨੀ ਤੈ ਇੰਨੀਆਂ ਤਾਂ ਰੀਲਾਂ ਬਣ ਬਣਾ ਆਉਂਦੀਆਂ ਨੇ। ਕਿਹੜੀ ਰੀਲਾਂ ਜੀ? ਚਲੀ ਤਾਂ ਪਤਾ ਨੀ ਕਾਹਨੂੰ ਦੱਸਣੇ, ਉਹ ਸਿਆਪਾ ਛੇੜ ਲੇਗਾ।
ਇੱਕਾ ਛਾਗਰ ਦਾ ਹੋ ਰਿਹਾ ਛਿਆਪਾ ਕੀ ਹੋ ਗਿਆ ਜੀ? ਮੈਂ ਤਾਂ ਊ ਗੱਲ ਕਰਦਾ ਜੀ, ਮੈਂ ਇੰਨੀਆਂ ਵੀਡੀਓ ਨੀ ਆ ਜਾਂਦੀਆਂ। ਅੱਛਾ ਹਾਂ, ਹੁਣ ਮੋਬਾਈਲ ਨਾ ਦੇਖਣ ਬਈ ਜੀ, ਕਿਤੇ ਹੋਰ ਦਿਮਾਗ ਖਰਾਬ ਕਰ ਲੈ। ਲੈ ਹੁਣ ਬੇਲੀ ਤਾਂ ਮੋਬਾਈਲ ਦੇਖੂਗੀ, ਹੁਣ ਮੈਂ ਕੀ ਤਾਣਾ ਬੁਣਨਾਗਾ? ਹੈ, ਮੈਂ ਕਿਹੜਾ ਤਾਣਾ ਬੁਣਨਾਗਾ, ਮੋਬਾਈਲ ਦੇਖੂਗੀ ਜੀ। ਹੋਰ ਘਰ ਦੇ ਕੰਮ ਕਰ ਲਈ ਕੋਈ? ਆ ਸਾਫ ਸਫਾਈ ਕਰ ਲੈ, ਗੰਦ ਪਿਆ ਦੇਖ ਲੈ ਕਿਵੇਂ। ਹਾਏ ਮੈਂ ਮਰ ਜਾ, ਸਾਰੀ ਦਾ ਸਾਫ ਸਫਾਈ ਕਰਕੇ ਤੁਸੀਂ ਮੈਨੂੰ ਐ ਦੱਸੋ ਮੋਬਾਈਲ ਦੇਖਣੋਂ ਮੈਨੂੰ ਕਾਤੋਂ ਰੋਕ ਦਿਓਗੇ? ਮੈਂ ਕੋਈ ਜਵਾਬ ਖੜੀ ਆਂਗੀ? ਫਿਰ ਦੇਖ ਲਈ ਮੈਂ ਕਦੋਂ ਰੋਕਦਾ, ਹੁਣ ਮੈਂ ਤਾਂ ਦੁਕਾਨ ਤੇ ਵਗ ਜਾਣਾ, ਮਗਰੋਂ ਮੋਬਾਈਲ ਦੇਖੇ ਕੁਛ ਕਰੇ, ਮੈਨੂੰ ਕੀ ਪਤਾ। ਕੁਛ ਕਰੇ? ਤੁਸੀਂ ਕਹਿਣਾ ਕੀ ਚਾਹੁੰਦੇ? ਤੁਸੀਂ ਮੈਨੂੰ ਬਿੰਦੇ ਬਿੰਦੇ ਗੇੜ ਪਾਈ ਜਾਂਦਾ, ਕਦੇ ਕੁਛ ਕਹਿੰਦੇ ਕਦੇ ਕੁਛ ਕਹਿ ਦਿੰਦੇ ਹੋ। ਮੈਂ ਤਾਂ ਊ ਗੱਲ ਕਰਦਾ, ਤੂੰ ਤਾਂ ਹੋਰੇ ਪਾਸੇ ਲੈ ਜਾਂਦੀ ਹੈ। ਚੰਗਾ ਜਾ ਵਗ ਜਾਓ। ਹਾਂ ਵਗ ਜਾਓ, ਹੋਰ ਹੀ ਕੰਮ ਪਤਾ ਨੀ ਕਿਹੋ ਜਿਹੇ ਨੇ, ਸਾਰਾ ਦਿਨ ਮੋਬਾਈਲ ਮੋਬਾਈਲ। ਇਹ ਸੋਕੀ ਦਾ ਭਾਈ ਮੋਬਾਈਲ ਕਾਹਤੋਂ ਕਹਿੰਦੇ ਮੋਬਾਈਲ ਨਾ ਦੇਖੀ? ਮੈਨੂੰ ਮੋਬਾਈਲ ਦੇਖਣਾ ਵੀ ਮਨਾ ਕਰਕੇ ਹੈਗਾ ਭਾਈ, ਤਾਂ ਮੇਰੀ ਨਿਗਾਹ ਵੀ ਨੀ ਘਟੀ ਹੈਗੀ। ਨਿਗਾਹ ਵੀ ਠੀਕ ਆ, ਪਰ ਨਿਗਾਹ ਵਾਲੀ ਤਾਂ ਇਹਨਾਂ ਨੇ ਗੱਲੇ ਨੀ ਕਰੀ ਵੀ ਤੇਰੀ ਨਿਗਾਹ ਘੱਟ ਜੂਗੀ ਮੋਬਾਈਲ ਨਾ ਦੇਖੀ। ਚੱਲ ਇਹਨਾਂ ਦਾ ਦਿਮਾਗ ਰਾਹੀਂ ਪਤਾ ਕਿੱਧਰ ਚੱਲ ਜੇ, ਕੰਮ ਧੰਦਾ ਕਰ, ਵੇਲ ਵੀ ਦੀਆਂ ਦੋ ਚਾਰ ਭਾਂਡੇ ਨੇ ਸਾਫ਼ ਕਰਕੇ ਫਿਰ ਬਾਈ ਨਹੀਂ ਹੁੰਦਾ। ਲੈ ਕੱਪੜਾ ਮਾਰਦਾ, ਉਹਨੂੰ ਕਿਹਾ ਸੀ ਕਹਿੰਦਾ ਧੋ ਦੇ, ਧੋਣ ਨੂੰ ਕੀ ਹੋਇਆਗਾ, ਕੱਪੜਾ ਹੀ ਮਾਰਦਾ ਨੀ ਹੈਗੀ, ਫਿਰ ਸਿਖਾਊਗਾ। ਸਾਈਕਲ ਦੀ ਬਹੁਤੀ ਜ਼ਿਆਦਾ ਸਿੱਖਣ ਜਾਣਦੀ ਸੀਗੀ, ਤੁਸੀਂ ਕੀ ਚਲਾ ਸਕਦੇ ਹੋ? ਆਹ ਹਾ 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 ਚੱਲ ਆ ਤਾਂ ਵਧੀਆ ਹੋਇਆ, ਸਵਾਰੀ ਲਾਉਣ ਤੋਂ ਪਹਿਲਾਂ ਤਾਂ ਗੱਡੀ ਤਾਂ ਸਾਫ਼ ਕਰਤੀ ਹੈ, ਨਹੀਂ ਮੈਨੂੰ ਸਾਫ਼ ਕਰਨੀ ਪੈਂਦੀ, ਹੁਣ ਮੈਂ ਮਾਰੂ ਥੈਲ ਭਾਰ ਜਾਊਂਗਾ। ਨਾਲ ਚੱਲੂਗੀ ਮੈਂ। ਹੁਣ ਤੂੰ ਕਿੱਥੇ ਚੱਲੇਗੀ? ਸੋਨੇ ਕਿਹਾ ਨਹੀਂ ਸੀ ਵੀ ਗੱਡੀ ਧੋ ਦਿਓ? ਮੈਂ ਕਿਹਾ ਚੱਲ ਧੋਣ ਨੂੰ ਕੀ। ਉਹ ਫਿਰ ਹੁਣ ਤਾਂ ਮੈਂ ਸਵਾਰੀ ਲਾਉਣ ਜਾਣਾ, ਫਿਰ ਆ ਕੇ ਸਿਖਾਉਂਗਾ, ਯਾਰ ਵਿਹਲਾ ਹੋਇਆ। ਮੈਂ ਤਾਂ ਨਾਲ ਚੱਲੂਗੀ। ਲੈ ਨਾਲ, ਹੁਣ ਤੂੰ ਦੱਸ ਮੇਰੇ ਨਾਲ ਸਾਰਾ ਦਿਨ ਮੇਰੇ ਨਾਲ ਚੱਲਿਆ ਕਰੇਗੀ? ਹੋਰ ਹੁਣ ਕਹਿੰਦੀ ਹੋਰ ਹੁਣ ਸਿੱਖ ਲੂੰਗੀ ਨਾ, ਤੈਨੂੰ ਅਕਲ ਉਕਲ ਦਾ ਬੋਰਾ ਹੈ ਕੀ? ਨਾ ਘਰੇ ਕੰਮ ਕਰ ਕਰ, ਹੁਣ ਮੈਂ ਸਵਾਰੀ ਲਾਉਣ ਜਾਊਂਗੀ, ਤੈਨੂੰ ਨਾਲ ਬਿਠਾਉਂਗਾ। ਕੁਛ ਨਹੀਂ ਹੁੰਦਾ ਜੀ, ਸਿੱਖ ਹੁਣ ਸਵਾਰੀ ਲਾਉਣ ਦੀ, ਮੈਨੂੰ ਪਹਿਲਾਂ ਗੱਡੀ ਸਿੱਖੇਗੀ। ਕਹਿੰਦੀ ਹਾਂਜੀ ਆਇਆ ਲਿਆ ਤਾਂ ਫੇਰ ਸਿੱਖੂਗੀ। ਤੂੰ ਗੱਡੀ ਸਿੱਖ ਗਈ ਨੀ, ਮੇਰਾ ਕੀ ਬਣੂਗਾ, ਮੈਂ ਘਰੇ ਬੈਠਾ ਕਰੂੰਗਾ। ਕਿਉਂ ਘਰੇ ਬੈਠਾ ਕਰੂੰ? ਸਾਲੇ ਦੀ ਤੂੰ ਸਵਾਰੀ ਲਾਣ ਵਾਂਗੀ, ਲੋਕ ਕਹਿਣਗੇ ਤੀਵੀਂ ਦੀ ਕਮਾਈ ਖਾਂਦਾ ਹੈ। ਲੋਕਾਂ ਦਾ ਕੀ ਹੈ, ਲੋਕਾਂ ਦੀ ਨੀ ਸੁਣਿਆ ਕਰਦੇ ਤੇਰੀ, ਸੋਹਣਾ ਵੱਡੀ ਮੇਮ ਦੀ ਹੁਣ ਮਨ ਦੀ ਨੀ ਸਿਖਾਈ ਮੈਂ, ਤੈਨੂੰ ਇਹੀ ਜੀ ਗੱਡੀ ਸਿਖਾਊ ਨਾ, ਤੂੰ ਜਾ ਪਾਤਰ ਵਾਲੇ ਰੋਡ ਤੇ ਪਾ ਲਈ ਨਾ, ਤੂੰ ਦੇਖ ਲਾ ਫਿਰ ਉੱਥੇ ਟਰੱਕ ਜਾਣਗੇ ਮੂਹਰੇ ਟਾਉ ਟਾਉ ਕਰਦੇ, ਤੈਨੂੰ ਕਿਸੇ ਨੇ ਲਾਤੜ ਦੇਣਾ, ਇਹ ਗੱਲ ਸੁਣ ਲੈ ਮੇਰੀ। ਚੱਲ ਕੋਈ ਨੀ, ਚੱਲਾਂਗੇ ਪਹਿਲਾਂ ਮੈਂ ਵਿਹਲੇ ਰਾਮ ਜਰਦਾ ਫੜ ਲਿਆ ਮੈਂ ਤੇ ਚੱਲਦੇ। ਹੁਣ ਇਹ ਕੀ ਅੱਗ ਸਵਾ ਲੰਗਰ ਲਾਉਣੀ ਹੈਗੀ, ਧੰਦੇ ਕਰਦੀ ਆ, ਮੈਂ ਤਾਂ ਕਿਹਾ ਨਾ ਕਦੇ ਨਛੇਤਰ ਕੀ ਹਾਲ ਹੈ ਤੇਰਾ? ਆਣੂ ਪੁੱਛਦਾ, ਮੈਂ ਤਾਂ ਬਦੀਨ ਕਰਕੇ ਸਾਗਰ ਦੀ ਵਹੁਟੀ ਨੇ। ਹੈ
ਸਾਗਰ ਦੀ ਵਹੁਟੀ ਨੇ ਮੇਰੇ ਤਾਂ ਮਦੀਨ ਕਰਕੇ ਪੁੱਛਣਾ ਬਸ। ਓਏ ਉਹ ਕਦੋਂ ਆ ਗਈ ਘਰੇ ਤੇਰੇ? ਹੈ ਨਾਲੇ ਭਰਜਾਈ ਨੇ ਇਤਰਾਜ ਨਹੀਂ ਕਰਿਆ ਉਹਦੀ? ਭਰਜਾਈ ਜਿਹੜਾ ਮੇਰੇ ਸਾਲੀ ਨੇ ਬੁਲਾਈ ਹੈ, ਉਹ ਕਿਉਂ ਇਤਰਾਜ ਕਰੂਗੀ? ਉੱਥੇ ਤਾਂ ਬੁਲਾਈ ਆ ਉਹ। ਇੰਨੀ ਕੁ ਚੱਲ ਜੇ ਕੋਈ ਰਿਸ਼ਤੇਦਾਰੀ ਭਿਰਦੀ ਆ ਉਹਦੇ ਨਾਲ। ਸਾਲੀ ਲੱਗਦੀ ਆ ਮੇਰੀ, ਹੈ ਸਾਲੀ ਲੱਗਦੀ ਆ ਮੇਰੀ। ਫਿਰ ਦੁਖੀ ਕਾਹਤੋਂ ਆ ਸਾਲੀ ਤੋਂ? ਓਏ ਦੁਖੀ ਤਾਂ ਆਏ ਆ ਓਏ, ਅੱਜ ਕੱਲ੍ਹ ਉਹ ਰੀਲਾਂ 'ਚ ਨੀ ਬਣਾਉਂਦੇ ਨੇ ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੈਨੂੰ ਕਹਿੰਦੀ ਡਰਾਈਵਰੀ ਸਿੱਖਿਆ। ਸਾਗਰ ਦੀ ਵਹੁਟੀ ਨਛਿੱਤਰਾ ਸਾਗਰ ਦੀ ਵਹੁਟੀ ਵਾਂਗੂ ਗੱਡੀ ਵੇ ਸਿੱਖਿਆ ਲੈ ਭੰਨ ਕੇ ਬਹਿ ਜੂ ਮਸਾਂ ਤਾਂ ਗੱਡੀ ਲੱਤੀ ਆ ਹੈ, ਦੱਸ ਕਿੱਥੋਂ ਸਿੱਖਿਆ ਨਾਲੇ ਸਿੱਖ ਕੇ ਕਿੱਥੇ ਆਉਂਦਾ ਉੜ ਜਾਊਗੀ ਇਹ? ਓਏ ਗੱਡੀ ਦਾ ਭੰਨ ਕੇ ਬਹਿ ਜੇ, ਉਹ ਤਾਂ ਛੱਡ ਜੂਗਾ ਕਿਤੇ ਗੱਡੀ ਦੇ ਵਿੱਚ ਸੋਦੇ, ਤੈਨੂੰ ਨਾ ਭੰਨ ਦੇ ਨਾ ਉਤਰ ਕੇ ਭੱਜਿਆ ਜਾਣਾ। ਹੋਈ ਦਾ ਕਹਿਣਾ ਮੈਂ ਤਾਂ ਤਿਰ ਲਵੇ ਆਇਆ, ਹੁਣ ਕਹਿੰਦੀ ਜਾਣ ਨਹੀਂ ਦਿੰਦੀ ਤੇਰੇ ਨਾਲੇ ਜਾਊ, ਮੈਂ ਕੋਈ ਨਾ ਵੇਲੇ ਰਾਮ ਜਰ ਦੇ ਦਿੱਤੀ ਕਰ ਲੈਣਾ ਹੈ, ਮੈਂ ਆ ਗਿਆ ਕੋਈ। ਫਿਰ ਹੁਣ ਮੈਂ ਕੀ ਕਰਾਂ? ਓਏ ਕੋਈ ਰਾਏ ਦੇ ਮਾਂ, ਤੂੰ ਜੇ ਕੱਢੇਗਾ ਗੰਡਾ ਕੋਈ ਹੈ। ਉਹ ਰਾਏ ਦੇ ਨਾਲ ਤਾਂ ਕਿੱਡੀ ਕੀ ਗੱਲ ਹੈ, ਇਸ ਤਰ੍ਹਾਂ ਸਲਾਹ ਤਾਂ ਮੈਂ ਦੇ ਦਿੰਦਾ, ਫਿਰ ਦੇ ਤੂੰ ਫਿਰ ਕਿਤੇ ਕਹਿ ਦੇ ਸਾਡਾ ਘਰ ਪਾੜ ਦੇ। ਘਰ ਤਾਂ ਬਾਟੀ ਪਿਆ, ਦੇਖ ਮੇਰੀ ਗੱਲ ਸੁਣ ਲੈ, ਦੇ ਸਿੱਖਣ ਵਾਗੀ ਰੰਡਾ ਤਾਂ ਫੇਰ ਵੀ ਆ, ਮੈਂ ਨਾਲ ਕੀ ਤਾਂ ਮੈਨੂੰ ਮੈਨੂੰ ਮਰਨਾ ਪੈ ਜਾਵੇ, ਨਾਲ ਮੇਰੇ ਕਣੀ ਮੇਰੇ ਵਾਲੀ ਗੱਡੀ ਭਾਰੀ ਪਈ ਮਰ ਗਿਆ, ਗੱਡੀ ਫੁੱਟ ਗਈ ਤਾਂ ਮਰ ਗਿਆ, ਤੇ ਵਿੱਚ ਮੈਂ ਬੈਠਾ ਹੋਇਆ ਤਾਂ ਮਰ ਗਿਆ। ਫਿਰ ਹੁਣ ਮੱਛਾਂ ਸਕੀਮ ਤੇ ਨਾ ਸਕੀਮ ਤਾਂ ਦੱਸਣੀ ਪਊ ਕੋਈ। ਅੱਛੀ ਪੁੱਟੀ ਪੋਰੀ ਡਾਂਗ ਤਾਂ ਚੱਕੀ ਫਿਰਦਾ ਗੱਡੀ ਦੇ ਮੂਹਰੇ ਲਾ ਦਾ। ਓਏ ਗੱਡੀ ਨੂੰ ਥੋੜੀ ਰੋਕੂਗੀ ਇਹ? ਹਾਂ ਉਹ ਤੇ ਫੇਰਦੇ ਆਪਦੀ ਜਨਾਨੀ ਤੇ। ਅੱਛਾ ਵੀ ਗੁਲਗੁਲੇ ਵਾਂਗੂ ਗੋਲ ਮੋਲ ਕਰਦਾ? ਹਾਂ ਲਾਲੋ ਲਾਲ। ਹਾਂ ਪਹਿਲੀ ਜਵਾਬ ਦੇ ਦੂ ਸਟੇਰਿੰਗ ਫੜਨ ਤੋਂ, ਮੈਂ ਤਾਂ ਸਿੱਖਦੀ ਨੀ। ਹਾਂ ਕਹਿੰਦੇ ਮੈਨੂੰ ਵੀ ਕੁੱਟਿਆ ਜੀ ਮੇਰੇ ਉਸਤਾਦ ਨੇ। ਇਹ ਵਧੀਆ ਕਰਾਏ ਦਿੱਤੀ ਤਾਂ ਹੁਣ ਪਹਿਲਾਂ ਤਾਂ ਇਹੀ ਕੰਮ ਕਰਦੇ ਹੈ, ਸਟੇਰਿੰਗ ਨੂੰ ਹੱਥ ਪਾਣ ਲੱਗਿਆ ਕਰੂਗੀ ਡੰਗ ਮਾਰੇ ਕਰੂ ਅੱਖਾਂ ਦੀ। ਮੈਂ ਹੁਣ ਸਮਝ ਗਿਆ, ਸਾਰੀਆਂ ਗੱਲਾਂ ਮੇਰੇ ਯਾਦ ਆ ਗਿਆ, ਹੁਣ ਨਾ ਪਰਵਾਹ ਕਰ। ਹਾਂ ਹੁਣ ਤਾਂ ਮੈਂ ਜਾਣਾ ਮੇਰੇ ਕੰਮ ਜਾਣੇ। ਹਾਂ ਬਹਾਨਾ ਲਾ ਦੀ ਇਹ ਚ ਭਾ ਕੇ ਖਿਆ, ਬੰਦ ਗੱਡੀ ਕਿਹੜਾ ਤੁਰਦੀ ਹੈ। ਓਏ ਤਾਂ ਹਾਂ ਉਹਨੇ ਬੈਠ ਕੇ ਸੈਲਫ ਮਾਰੀਆਂ ਫੇਰ ਮਾਰੀ ਡਾਂਗ, ਕਹਿੰਦੇ ਪਹਿਲਾਂ ਗੇਅਰ ਕੱਢ ਦੇ। ਕਿਸੇ ਨੇ ਹੋਰ ਵੀ ਚਿੱਕੜੀ ਬਤਾਉ ਮੇਰੇ ਘਰੇ ਭੇਜ ਦੀ, ਕਹਿੰਦੇ ਛਿੱਤਰ ਕਹਿੰਦਾ ਗੱਡੀ। ਹਾਂ ਇਹਦਾ ਕਈਆਂ ਦੇ ਭਲੇ ਕਰਾਂਗੇ ਪਰ ਇਹ ਕੰਮ ਨਾਲ ਤਾਂ ਸਿੱਖਿਆ ਮੈਂਗਾ, ਹੁਣ ਮੈਨੂੰ ਰਾਜੂ ਮੋੜੇ ਗਾ ਲੱਸੀ ਲੈਣ ਆਇਆ ਸੀ। ਤੂੰ ਐ ਕਰੀ ਲੱਸੀ ਕਰ ਲੂੰਗੇ ਲੈ ਜੀ। ਓਏ ਪੌੜਿਆ ਫਿਰ ਮੈਂ ਘਰੇ ਕੀ ਜਵਾਬ ਦੇਊਂਗਾ, ਸਾਡੇ ਘਰੇ ਕੜੀ ਬਣਾਉਣੀ ਆ, ਤੂੰ ਐ ਕਰ ਕੇਰਾਂ ਲੱਸੀ ਪਾ ਕੇ ਮੈਨੂੰ ਤਾਂ ਕੱਢ। ਮੈਂ ਕੋਈ ਨਹੀਂ ਆ ਰਿਹਾ, ਬਾਅਦ ਚ ਸਿੱਖ ਲੈ, ਮੈਂ ਆ ਕੇ ਲੈ ਕੇ ਆ ਗਿਆ ਜਾ, ਬਾਅਦ ਚ ਸਿੱਖ ਨਹੀਂ ਡਰੇਵਲੀ ਮੈਨੂੰ ਲੱਗਦਾ ਜਿੱਤੇ ਡਾਂਗ ਤਾਂ ਪੱਕਾ ਫੇਰੂਗਾ, ਲੈ ਕਰ ਤੂੰ ਤਾਂ ਲੱਸੀ ਲੈ ਕੇ ਲੰਘ ਜੀ, ਕੀ ਮੰਗਦਾ। ਬਿਮਾਰੀ ਪੈਣਾ ਹਾਲੇ ਤੱਕ ਨਹੀਂ ਆਇਆ ਹੈਗਾ, ਬੈਠ ਤਾਂ ਗਈ ਇਹਦੇ ਵਿੱਚ, ਹੁਣ ਮੈਨੂੰ ਆਉਂਦੀ ਨੀ, ਜੇ ਆਵੇ ਤਾਂ, ਹਾਲੇ ਤੱਕ ਆਇਆ ਨੀ ਹੈਗਾ। ਨਹੀਂ ਹੁਣ ਵਿੱਚ ਬੈਠੀ ਕੀ ਕਰਦੀ ਆ ਤੂੰ? ਆ ਜਾ ਜੀ ਛੇਤੀ ਆ ਚੱਲੀਏ। ਕਿੱਧਰ ਚੱਲੀਏ? ਲੈ ਕਰ ਲੱਸੀ ਪਾ ਪਹਿਲਾਂ। ਕੋਈ ਲੱਸੀ ਲੱਸੀ ਨਹੀਂ ਮਿਲਦੀ ਹੈਗੀ, ਤੁਸੀਂ ਮੈਨੂੰ ਉਲਟਾਲੀ ਜਾਂਦੇ ਹੋ। ਮੇਰੇ ਸਾਲੇ ਦੀ ਹਰ ਇੱਕ ਗੱਲ ਨੂੰ ਜਵਾਬ ਦੇ ਦਿੰਦੇ, ਕੋਈ ਨਹੀਂ ਮਿਲਦੀ ਕੋਈ ਨਹੀਂ ਮਿਲਦੀ, ਤੈਨੂੰ ਪਤਾ ਕਿੰਨੀ ਗੂੜੀ ਲਿਆ ਦੇ ਲਾਲੇ ਕੇ ਨਾਲ। ਖੜੀ ਹੋ ਗਈ ਲੱਸੀ ਪਾ, ਮੈਂ ਨਹੀਂ ਪਾਉਂਦੀ, ਬਹਿ ਗਈ ਗੱਡੀ 'ਚ ਮੂੰਹ ਚੱਕ ਕੇ। ਮੈਨੂੰ ਦੱਸੋ ਇਹ ਕਿੱਧਰੋਂ ਚੱਲੂਗੀ? ਹੈ ਦੱਸੋ ਮੈਨੂੰ ਕਿੱਥੇ ਪਿੱਛੋਂ ਪਿੱਛੋਂ ਚੱਲੂਗੀ, ਪਿੱਛੋਂ ਡੱਗੀ ਤੋਂ। ਤੁਸੀਂ ਤਾਂ ਇੱਥੋਂ ਚਲਾਉਂਦੇ ਹੁੰਦੇ ਹੋ ਜੀ? ਹੈ ਉਰੋਂ ਚਲਾਉਂਦੇ ਹੁੰਦੇ ਹੋ? ਪੂਰੇ ਬੰਦੇ ਉਰੋਂ ਚਲਾਉਂਦੇ ਹੁੰਦੇ ਨੇ, ਜਨਾਨੀਆਂ ਪਿੱਛੋਂ ਚਲਾਉਂਦੀਆਂ ਹੁੰਦੀਆਂ ਨੇ। ਪਾਤੀ ਲੱਸੀ ਦੀ ਚਿੱਤਰਾ ਲਾਲਾ ਵੀ ਆ ਗਿਆ, ਲੈ ਪਾ ਲੱਸੀ। ਲਾਲਾ ਜੀ ਕੋਈ ਲੱਸੀ ਲੁੱਸੀ ਨੀ ਹੈਗੀ, ਮੈਂ ਤਾਂ ਡਰਾਈਵਰ ਸਿੱਖ।
ਫੇਰ ਆ ਜਾਓ ਕੱਲ ਨੂੰ ਆ ਜਾਓ। ਆ ਬੰਦ ਗੱਡੀ ਚ ਕੌਣ ਡਰਾਈਵਲੀ ਸਿੱਖਦਾ, ਤੂੰ ਪਹਿਲਾਂ ਮੈਨੂੰ ਲੱਛੀ ਪਾ ਦੇ ਭਾਈ। ਫੇਰ ਸਿੱਖਾਂਗੇ ਇਹ ਸਿੱਖਾਂਗੇ। ਇਹਨਾਂ ਕਹਿੰਦੀ ਫੇਰ ਕੋਈ ਕੰਮ ਕਰੂੰਗੀ, ਪਹਿਲਾਂ ਗੱਡੀ ਸਿੱਖਿਆ। ਅੱਛਾ ਹਾਂ ਐਡੀ ਗੱਲ ਹੈ। ਹਾਂ ਲੱਛੀ ਵੀ ਨਹੀਂ ਪਾਉਂਦੀ ਕਹਿੰਦੀ, ਮੈਂ ਲੱਛੀ ਵੀ ਨਹੀਂ ਪਾਉਂਦੀ। ਕੋਈ ਨਾ ਖਾ ਦੇ, ਕਿੰਨੀ ਲੱਛੀ ਕਰੀ ਤਾਂ ਛੱਡ ਜੂ, ਡਰਾਈਵਲੀ ਜ਼ਰੂਰੀ ਹੈ ਨਛਿੱਤਰਾ। ਐਂ ਕਰ ਲਾ, ਹੱਥ ਬੰਨ ਕੇ ਅੱਜ ਤੋਂ ਦੇ ਮਾਫ਼ੀ, ਮੱਜ ਨੂੰ ਗੱਡੀ ਸਿਖਾ ਦਾ, ਗੱਡੀ ਚ ਕਮੀ ਨਾ ਰਹਿ ਜੇ। ਹਾਂ ਗੱਡੀ ਸਮਾਰ ਕੇ ਸਿਖਾਈ, ਸਿਖਾਈ ਬਣਦੀ ਹੈ। ਹਾਂ ਉਨੀ ਤਾਂ ਅੱਗੇ ਪਜਾਊ, ਉਨੀ ਪਿੱਛੇ ਪਜਾਊ, ਪਰਵਾਹ ਨਾ ਕਰ। ਹੈ ਬੱਲੇ ਬੱਲੇ ਕਰਾ ਦੀ ਕੁਛ ਨਹੀਂ ਹੁੰਦਾ। ਹਾਂ ਪਤਾ ਕੀ, ਜਦ ਤੇਰੇ ਘਰੇ ਸਾਧਨ ਖੜੇ, ਜਵਾਖਾਂ ਨੂੰ ਜ਼ਰੂਰ ਸਿਖਾ। ਔਰ ਐ ਕਰੀ ਮੜੇ ਬਾਹਰ ਜਾ ਮੋਈ, ਆ ਗੇਟ ਜਾ ਝੰਮ ਜੀ ਮੜਾ, ਅੱਲਾ ਬਾਹਰੇ ਕੁੰਡਾ ਲਾ ਦੀ ਕੁਛ ਨਹੀਂ ਹੁੰਦਾ। ਮੈਂ ਤਾਂ ਬਾਹਰੋਂ ਕੁੰਡਾ ਲਾ ਜੰਨਾ। ਹਾਂ ਮਾਰ ਕੇ ਸਿਖਿਆ ਦੀ ਮਹਾ ਦੇਖਦਾ ਜਾ। ਹਾਂ ਇਹ ਤਾਂ ਇਹ ਕਹਿਆ ਕਰੂ ਵੀ ਪੰਜ ਚਾਰ ਨੂੰ ਹੋਰ ਸਿਖਿਆ ਵਾ। ਲਾ ਲਾ ਜੀ ਸਿਆਣੇ ਨੇਗੇ ਨਾ ਸੁਣਦਾ ਕਿਉਂ। ਹਾਂ ਮੰਨਦੀ ਐ ਬਾਣੀ, ਇਹ ਲੋਕ ਤਾਂ ਬਾਣੀਏ ਹੁੰਦੇ ਨੇ। ਹੁਣ ਸਿੱਖੇਗੀ ਗੱਡੀ? ਹਾਂਜੀ ਸਿੱਖ। ਹਟਦੀ ਨੀ ਫਿਰ? ਨਾ ਮੈਂ ਨਹੀਂ ਹਟਦੀ। ਲੈ ਚੰਗਾ ਫਿਰ ਟੇਕ ਮੱਥਾ। ਹੈ ਨੀ ਮੈਨੂੰ ਨੀ, ਮੈਨੂੰ ਥੋੜੀ ਦੇਖਣਾ। ਹੈ ਇੱਥੇ ਟੇਕ, ਇੱਥੇ ਟੇਕ। ਹਾਂ ਮਰੀ ਪੈਸ ਕਿਉਂ ਦੇ ਹੁੰਦੇ ਨੇਗੇ? ਔਰ ਮੇਰੇ ਸਾਲੇ ਦੀ ਕੋਈ ਹੋਰ ਬਾੜੀ ਸਕੀਮ ਹੈ? ਐ ਪੇਪਰ ਥੋੜੀ ਕਰਨਾ ਪੈਂਦਾ, ਔਰ ਤਾਂ ਇਹ ਸਿਖਾਉਂਦੇ ਹੁੰਦੇ ਨੇ ਸਾਥ ਚੇਲੇ। ਹੈ ਨਾ ਗੱਡੀ ਕਿੱਥੋਂ ਚਲਾਏਗੀ, ਸਟਾਰਟ ਕਿੱਥੋਂ ਕਰੇਗੀ? ਤੁਸੀਂ ਆਓ ਵਿੱਚ ਬੈਠੋ, ਦੱਸੋ ਉਧਰੋਂ ਸਟਾਰਟ ਕਰੇਗੀ। ਚਾਬੀ ਦਾ ਵਿੱਚ ਪਈ ਹੈ, ਚਾਬੀ ਦਾ ਪਈ ਅੰਦਰ ਕਾਂਸ ਤੇ। ਗੱਡੀ ਕਰ ਦੇ, ਗੱਡੀ ਤੂੰ ਚਲਾਵੇ, ਚੱਥ ਲੈ ਥੱਲੇ 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 ਨਾ ਆ ਗਈ ਚੱਕ ਕੇ। ਆ ਕੌਣ ਲਾਊਗਾ ਨੀ, ਤਾਕੀ ਕੌਣ ਲਾਊਗਾ? ਗੱਡੀ ਗੱਡੀ ਆਏ ਸਿੱਖਿਆ ਕਰਦੇ ਨੇ, ਗੱਡੀ ਆਏ ਸਿੱਖਿਆ ਕਰਦੇ ਨੇ। ਹਾਏ ਬੇ ਕੰਜਰਾ, ਮੇਰੇ ਤਾਂ ਪਿੰਡਾ ਛੱਡ, ਮੈਂ ਤਾਂ ਸਿੱਖਦੀ ਨੀ ਹੈਗੀ। ਬੂਮਰ ਨੇ ਜੋਕਰ ਨੇ ਕਦੇ ਨੀ ਹੱਥ ਚੱਕਿਆ ਤੇ ਇੰਨੇ ਸਾਲ ਚ, ਬੂਮਰ ਹੀ ਪੈਣਾ ਕਿਵੇਂ ਮਾਰੀ ਜਾਂਦਾ ਗਾ ਮੇਰੇ। ਗੁੱਸਾ ਨਾ ਕਰੀ ਵੀ ਕੱਲ ਨੂੰ ਗੱਡੀ ਨੀ ਸਿਖਾਈ ਕਰਦੀ, ਮਤਾ ਲਾ ਲੈ ਕੰਨਾਂ ਨੂੰ, ਹੱਥ ਮੈਂ ਨੀ ਸਿੱਖਦੀ। ਚੰਗਾ ਫਿਰ ਬਣਾ ਰੋਟੀ ਦੀ ਗੱਡੀ ਬਾਓ ਲਾ ਲਾ, ਤੇਰੇ ਬੱਚੇ ਹੀ ਆਉਂਦੇ ਰਹਿਣ, ਨਾਲੇ ਤਾਂ ਮੈਂ ਬਚ ਗਿਆ, ਨਾਲੇ ਗੱਡੀ ਬਚ ਗਈ, ਨਾਲੇ ਰੰਡਾ ਹੁਣ ਬਚ ਗਿਆ ਮੈਂ। ਲੈ ਚੱਲ ਮੈਨੂੰ ਛਿੱਤਰ ਸਿਆ, ਇਹਨੂੰ ਦੱਸ ਗਿਆ ਤੀ ਗੱਡੀ, ਹੁਣ ਤੂੰ ਸਵਾਰੀ ਲੱਗ ਗਿਆ। ਸਾਲੀ ਬਣੀ ਆ ਗੱਡੀ ਦੀ ਸਾਗਰ ਦੀ ਬੋਟੀ, ਸਾਗਰ ਦੀ ਬੋਟੀ ਵੀ ਤੂੰ ਅੱਗੇ ਆਈ ਤਾਂ ਦੇਖ ਲੈ, ਤੂੰ ਤਾਂ ਛਿੱਤਰ ਦੀ ਬੋਟੀ ਹੈ, ਉਹਦਾ ਸਾਗਰ ਵਾਲੀ ਸਿੱਖ ਗਈ ਗੱਡੀ। ਦੇਖ ਲੈ ਛਾਗਰ ਦੀ ਬੋਟੀ, ਛਾਗਰ ਦੀ ਬੋਟੀ, ਜਿਹਨੂੰ ਮਰਜ਼ੀ ਦੇਖ ਲੈ, ਇਹੀ ਮੁੱਦਾ ਬਣਾ ਰੱਖਿਆ। ਲਾਲਾ ਜੀ ਨਮਸਕਾਰ। ਨਮਸਕਾਰ, ਆ ਜਾ ਨਛਿੱਤਰ, ਆ ਜਾ ਆ ਜਾ, ਆ ਉਰੇ ਵੀ ਮੋਬਾਈਲ ਤੇ ਜਿੱਥੇ ਮਰਜ਼ੀ ਦੇਖ, ਗਾਹ ਪਾਰ ਕੇ ਛਾਗਰ ਦੀ ਬੋਟੀ, ਛਾਗਰ ਦੀ ਬੋਟੀ ਦੇਖ ਲੈ ਫਿਰ। ਹੈ ਮੈਂ ਤਾਂ ਤੇਰਾ ਧੰਨਵਾਦ ਕਰਦਾ, ਇਹ ਤਾਂ ਇਹੀ ਜਿਹੀ ਸਕੀਮ ਦਿੱਤੀ ਨਾ, ਮੇਰਾ ਤਾਂ ਘਰ ਵਸ ਗਿਆ। ਹੋ ਗਿਆ ਤੇਰਾ ਮਸਲਾ ਹੱਲ, ਮੇਰੇ ਸਾਲੇ ਦੀ ਗੱਡੀ ਚ ਬੈਠਣ ਦੀ ਦੂਰ ਕਰ ਲੈ, ਪਿੱਠ ਕਰਕੇ ਸੌਂਦੀ ਆ ਗੱਡੀ ਕਹਿੰਦੀ, ਦੇਖਣੀ ਤਾਂ ਬਹੁਤ ਵੱਡੀ ਆ ਗੱਲ ਹੈ, ਪਿੱਠ ਕਰਕੇ ਸੌਂਦੀ ਆ। ਮੈਂ ਹੁਣ ਤਾਂ ਨੀ ਜਿੱਦ ਕਰਦੀ, ਹੁਣ ਕਿਵੇਂ ਕਹਿ ਦੂ, ਵਧੀਆ ਹੋ ਗਿਆ। ਹਾਂ ਨੀ ਮਹਾਂ ਤੇ ਦੁਬਾਰੇ ਸਿੱਖਣੀ ਦੱਸ ਦੇ, ਮੈਂ ਤਾਂ ਸਿਖਾ ਦੂੰਗਾ। ਹਾਂ ਪੁੱਛ ਲਿਆ ਕਰ ਰੋਜ਼। ਮਹਾਂ ਜੇ ਸਿੱਖਣ ਤੋਂ ਪਹਿਲਾਂ ਇੱਕ ਵਾਰੀ ਆਹ ਕੰਮ ਕਰਨਾ ਪੈਣਾ। ਹੋਰ ਫਿਰ ਹੋਰ ਵਧੀਆ ਖਿੱਚ ਗਈ ਕੰਨ ਫਿਰ। ਹਾਂ ਲੈ ਜਰਦੇ ਦੀ ਪੁੜੀ ਦੇ, ਮੈਂ ਤਾਂ ਸਵਾਰੀ ਲੈਣ ਜਾਣਾ। ਅੱਛਾ ਜਰਦੇ ਦੀ ਪੁੜੀ ਤਾਂ ਤੈਨੂੰ ਦੇ ਦਿੰਦਾ, ਹੋਰ ਸੁਣਾ ਫਿਰ। ਮੈਂ ਮਹਾਂ ਦੰਗਲ ਮੰਗਲ ਆ, ਬਸ ਇਹੀ ਸਕੀਮ ਦੀ ਆਪਣੀ ਪਾਸ ਹੋ ਗਈ, ਮਾਲ ਘਟਾ ਰੱਖਿਆ। ਨਾ ਨਾ ਮਾਲ ਵਾਧੂ ਪਿਆ। ਅੱਛਾ ਹਾਂ ਉਹ ਪਰਲੇ ਪਾਸੇ
ਹੋਰ ਸੁਣਾ ਫਿਰ ਆਪਣੇ ਵਾਲੀ ਭਰਜਾਈ ਤਾਂ ਨੀ ਸਿੱਖਦੀ ਉਹ ਤਾਂ ਨੀ ਕਹਿੰਦੀ ਸਾਗਰ ਦੀ ਵੋਟੀ ਵਾਲਾ ਕੰਮ ਨਾ 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 ਸਾਡੇ ਘਰੇ ਕਾਹਨੂੰ ਸਾਡੇ ਘਰੇ ਤਾਂ ਕੋਈ ਗੱਲੇ ਨੀ ਛੇੜਦਾ ਚੱਲ ਵਧੀਆ ਵਧੀਆ ਕਰਮ ਵਾਲਾ ਹੈ ਕਰਮ ਵਾਲਾ ਹੈ ਸਾਡੇ ਮਹਾਜਨਾਂ ਦੀ ਇਹੀ ਚੀਜ਼ ਕੋਈ ਨੀ ਕਰਦਾ ਹੈਗਾ ਹਾਂ ਲੈ ਚੰਗਾ ਫਿਰ ਟਿਕਟਾਂ ਦੇ ਨੇ ਮੈਂ ਤਾਂ ਜਾਵਾਂ ਫਿਰ ਹਾਂ ਜਾ ਫਿਰ ਹੋਰ ਲੇਟ ਹੋ ਰਿਹਾ ਹਾਂ ਇਹ ਤਾਂ ਮੋਢੀ ਪਤਾ ਹੈ ਕਿ ਜੱਟਾਂ ਦੇ ਗੱਡੇ ਨਾਲ ਘੱਟਾ ਬੰਨ ਦਿੰਦੇ ਨੇ ਸਾਡੇ ਨਹੀਂ ਇਹੋ ਜਿਹੇ ਪੰਗੇ ਕਰਦੇ ਉਹ ਸਾਡੇ ਅਨਪੜ ਲੋਕ ਨੇ ਕਿਹੜਾ ਪੜ੍ਹੇ ਲਿਖੇ ਨੇ ਕੋਈ ਜਿਆਦਾ ਭਾਈ ਤੂੰ ਦੀ ਮਹਾਜਨ ਲੋਕ ਪੜ੍ਹੇ ਹੋਏ ਹੁੰਦੇ ਹੋਏ ਉਹੀ ਗੱਲ ਹੈ ਜਿਹੜੀ ਜਿੱਦ ਕਰ ਲੈਂਦੇ ਨੇ ਛੋਟੇ ਤਾਂ ਜਿੱਦ ਪਕਾ ਕੇ ਖਾਂਦੇ ਨੇ ਹਾਂ ਸਾਡੇ ਦੇ ਦੇ ਝੋਟੇ ਨੂੰ ਮੈਂ ਇਸ ਕਹਿੰਦਾ ਤਾਂ ਮੈਂ ਇਸੇ ਕਹਿਣਗੇ ਫਿਰ ਉਹ ਤਾਂ ਹਟਾਸੀ ਤਾਂ ਕਹਿਣੋ ਦੇਖ ਲੈ ਫਿਰ ਪੰਜ ਆ ਸ਼ੀਪੋਰੀ ਕਦੇ ਕੰਮ ਆਊਗੀ ਚੱਲ ਠੀਕ ਹੈ ਚੰਗਾ ਫਿਰ ਕਿਸੇ ਨੂੰ ਗੱਡੀ ਹੋਰ ਸਿਖਾਣੀ ਹੋਈ ਦੱਸ ਦੀ ਮੇਰਾ ਪਤਾ ਦੇ ਦੀ ਕਹਿੰਦੇ ਨਛੱਤਰ ਲਵੇ ਬਹੁਤ ਗੱਡੀ ਸਿੱਖਣੀ ਹੈ ਕਿਸੇ ਨੇ ਸਾਗਰ ਦੀ ਬੋਡੀ ਵਾਲੀ ਚੰਗਾ ਠੀਕ ਹੈ ਫਿਰ ਲੈ ਦੇਖ ਲੈ ਹੁਣ ਜੱਟ ਜਾਦੇ ਪਿੱਛਰ ਗਿਆ ਸਕੀਮ ਮੈਂ ਦੱਸ ਕੇ ਰਹਿ ਗਿਆ ਆ ਡੱਬੇ ਜੇ ਡਿੱਗ ਜਾਣਗੇ ਤੇਰੇ ਨਾਲ ਆ ਰਾਹ ਚੌੜਾ ਕਰ ਲੈ ਮੜਾ ਜਾ ਕੁਛ ਨਹੀਂ ਹੁੰਦਾ ਉਹ ਗੱਲ ਹੋ ਗਈ ਕਹਿੰਦਾ ਜਾਰੀ ਰੱਖਣੀ ਹਾਥੀਆਂ ਨਾਲ ਬਾਹਰ ਰੱਖਣੇ ਭੀੜੇ ਓਏ ਉੱਠਾ ਨਾ ਕਹਿੰਦੇ ਹੁੰਦੇ ਨੇ ਤੈਨੂੰ ਤਾਂ ਕਹਾਵਤ ਵੀ ਨਹੀਂ ਬੋਲਣੀ ਆਂਦੀ ਵੱਡੇ ਸੂਰਮੇ ਨੂੰ ਤੈਨੂੰ ਪੁੱਛੇ ਵੀ ਰਸਤਾ ਤਾਂ ਬਥੇਰਾ ਤੂੰ ਹੀ ਮੋਟੈ ਤਾਂ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਉਹਨੇ ਲੱਛੀ ਮੰਗਾਈ ਤੀ ਰਸ ਹੈ ਲੱਛੀ ਤਾਂ ਦਿੱਤੀ ਨੀ ਚੱਲ ਐਂ ਕਰਦਿਆਂ ਰੋਟੀ ਖਾ ਜਾਂਦੇ ਟਾਈਮ ਹੋ ਰਿਹਾ ਦੁਪਹਿਰੇ ਦਾ ਕੈਨੀ ਕਿੱਥੇ ਰੱਖ ਕੇ ਭੁੱਲ ਗਿਆ ਲੈ ਨਾਲ ਤਾਂ ਕੈਨੀ ਚੱਕ ਲਿਆ ਉਧਰੋਂ ਨਾਲੇ ਮਰਚਾ ਇੱਧਰ ਪਿਛਲੇ ਪਾਸੋਂ ਵੀ ਬਾਰ ਬੰਦ ਕਰ ਦੇ ਕਿਤੇ ਉਧਰ ਦੀ ਲੈ ਜਾਈ ਸਮਾਨ ਚੱਕ ਕੇ ਮਰਚਾ ਹਾਏ ਹਾਏ ਲੈ ਸਾਗਰ ਦੀ ਵੋਟੀ ਗੱਡੀ ਸਿੱਖ ਗਈ ਮੈਂ ਨੀ ਸਿੱਖ ਸਕਦੀ ਤਾਂ ਸੋਕੀ ਦਾ ਬਾਈ ਨੀ ਆਇਆ ਹੁਣ ਤੱਕ ਮੈਨੂੰ ਤਾਂ ਸੋਕੀ ਦਾ ਬਾਈ ਇਹ ਸਿਖਾ ਆਉਂਦਾ ਗੱਡੀ ਚੱਲ ਮੈਂ ਤਾਂ ਜ਼ਰੂਰ ਕਹੂੰਗੀ ਯਾਰ ਸੋਕੀ ਦਾ ਬਾਈ ਆਇਆ ਵੀ ਸੋਕੀ ਦਾ ਬਾਈ ਮੈਨੂੰ ਗੱਡੀ ਸਿਖਿਆ ਹੈਂ ਫਿਰ ਓਹੋ ਫਿਰ ਉਹੀ ਚੱਲ ਪਿਆ ਸਾਗਰ ਦੀ ਵੋਟੀ ਲਿਆਂਦੀ ਇੰਡਕਾ ਚਲਾ ਮੈਨੂੰ ਵੀ ਬਿੱਲੇ ਰਾਮ ਗੱਡੀ ਤੋਂ ਸਿਖਿਆ ਪਾਗਲ ਹੋ ਰਹੀ ਆ ਬਿੱਲੇ ਰਾਮ ਕਹਿੰਦੀ ਆ ਉਮਰ ਘੱਟ ਜਾਂਦੀ ਹੁੰਦੀ ਆ ਆਪਦੇ ਆਦਮੀ ਦੀ ਨਾ ਬਥੇਰੀ ਸਿਆਣੀ ਕਹਾਉਣੀ ਆ ਚੱਲ ਸੋਕੀ ਦਾ ਬਾਈ ਕਹੂੰਗੀ ਸਾਗਰ ਦੀ ਵੋਟੀ ਲਿਆਂਦੀ ਇੰਡਕਾ ਚਲਾ ਮੈਨੂੰ ਵੀ ਗੱਡੀ ਤੋਂ ਸੋਕੀ ਦੇ ਬਾਈ ਤੋਂ ਸਿਖਿਆ ਵੀ ਮੈਨੂੰ ਵੀ ਗੱਡੀ ਤੋਂ ਜ਼ਰੂਰ ਸਿਖਿਆ ਸਾਗਰ ਦੀ ਬੋਟੀ ਲਿਆਂਦੀ ਇੰਡਕਾ ਚਲਾ ਮੈਨੂੰ ਵੀ ਗੱਡੀ ਤੋਂ ਸਿਖਿਆ ਜਾਂਦੀ ਗੱਡੀ ਮੋੜਦੀ ਗੱਡੀ ਯਾਰ ਦਿਮਾਗ ਤਾਂ ਨੀ ਹਿੱਲ ਗਿਆ ਕੀ ਹੋ ਗਿਆ ਜੀ ਆ ਬਿਮਾਰੀ ਆਪਣੇ ਘਰੇ ਵੀ ਆ ਗਈ ਹਾਂ ਦੇਖ ਸਾਗਰ ਦੀ ਬੋਟੀ ਗੱਡੀ ਚਲਾਉਂਦੀ ਆ ਦੇਖ ਹੈ ਸਾਗਰ ਦੀ ਬੋਟੀ ਗੱਡੀ ਚਲਾਉਂਦੀ ਆ ਉਹ ਤਾਂ ਖੂਹ ਚ ਛਾਲ ਮਾਰੂ ਤੂੰ ਵੀ ਮਾਰੀ ਸੋਕੀ ਦੇ ਬਾਈ ਹਾਂ ਕਹਿੰਦੀ ਸੀ ਮੈਂ ਹੈ ਤੁਸੀਂ ਮੇਰੀ ਗੱਲ ਮੰਨੋਗੇ ਚੱਲ ਮੈਂ ਮੋਬਾਈਲ ਦੱਸ ਦਿੰਦੀ ਆ ਸਾਗਰ ਦੀ ਵੋਟੀ ਲੈਂਦੀ ਗੱਡੀ ਚਲਾ ਮੈਨੂੰ ਵੀ ਤੂੰ ਗੱਡੀ ਤੂੰ ਸਿੱਖਿਆ ਸੁੱਕੀ ਦੇ ਬਾਈ ਮੈਨੂੰ ਵੀ ਗੱਡੀ ਤੂੰ ਸਿੱਖਿਆ ਚੱਲੀ ਆਪਾਂ ਗੱਡੀ ਸਿੱਖਣ ਆਹ ਸਾਰੀ ਬਿਮਾਰੀ ਸਾਡੇ ਘਰੇ ਕੱਟੂ ਗਈ ਆ ਆਹ ਖਾਲੀ ਘੋੜੀ ਹਿਣਕਦੀ ਕਿਤੇ ਨਾ ਨੀ ਲਾਗੀ ਹੁਣ ਘੋੜੀ ਕਿੱਥੋਂ ਆ ਗਈ ਮੇਰੇ ਛਾਲੇ ਦੀ ਗੱਡੀ ਤੋਂ ਓਹੋ ਉਲਝੀ ਫਿਰਦੀਆਂ ਮੈਂ ਤਾਂ ਸਾਗਰ ਦੀ ਬੋਟੀ ਚ ਫਿਰਦੀਆਂ ਘੋੜੀ ਆ ਗਈ ਉਹ ਕਹਿੰਦੀ ਸੀ ਇੰਨੀ ਖਾਲੀ ਕਹਿੰਦੀ ਸੀ ਮੈਂ ਨਾ ਭੁੱਲ ਗਈ ਮੇਰੇ ਛਾਲੇ ਦੀ ਉਹ ਇਨਾ ਦਿਮਾਗ ਹਲਾ ਕੇ ਬੈਜੀ ਦਿਮਾਗ ਤੇ ਬੋਝ ਪਾ ਲੇ ਹਾਂ ਸੁਖਦੀ ਬਾਈ ਸਾਗਰ ਦੀ ਬੋਟੀ ਗੱਡੀ ਚਲਾ ਲੈਂਦੀ ਆ ਬਿੱਲਰਾਮ ਦੀ ਬੋਟੀ ਚ ਸਿਖਾ ਸਕਦੀ ਵੀ ਸਿੱਖ ਸਕਦੀ ਉਹ ਤਾਂ ਜਹਾਜ਼ ਵੀ ਚਲਾਉ ਉਹ ਤਾਂ ਭੈਣ ਗੜਬਾਉ ਹਾਂ ਉਹਦੀ ਰਿਸ਼ ਕਰੇਗੀ ਜਹਾਜ਼ ਹੈ ਮਿਲ ਤਾਂ ਸਕੂਟਰੀ ਆ ਉਹ ਤੂੰ ਸਿੱਖ ਰਹੀ ਆ
ਕਿਉਂ ਕਿਸੇ ਦੀ ਮੰਗ ਲਿਆਈ ਹੋ ਗੱਡੀ, ਗੱਡੀ ਵੀ ਨੀ ਦੇ ਸਕਦੇ, ਮੰਗ ਲਿਆਈ ਸਿੱਖਣੀ ਹੈ ਮਤਾ ਆਪਾਂ ਨੇ ਕਿਹੜਾ ਰਿਸ਼ਤੇਦਾਰੀ ਜਾਣਾ ਵੀ ਖਾਸ ਦੇ ਮੁੜਦੇ ਨੀ, ਇੱਕ ਘੰਟਾ ਲੱਗੂਗਾ ਬਸ, ਇੱਕ ਘੰਟੇ ਸਿੱਖ ਕੇ ਆ ਜਾਵਾਂਗੇ ਘਰੇ, ਸਕੂਟਰੀ ਵੀ ਅੱਧਾ ਘੰਟਾ ਸਿੱਖ ਗਈ ਦੀਦੀ। ਗੱਲ ਤਾਂ ਸੁਣ ਲੈ, ਜੇ ਤਾਂ ਚਲਾਣੀ ਆਉਂਦੀ ਹੋਵੇ ਫਿਰ ਤਾਂ ਕਿੱਦੀ ਮੰਗੀ ਜਾਣ, ਮੈਨੂੰ ਤਾਂ ਆਪਣੀ ਚਲਾਣੀ ਆਉਂਦੀ ਹੈ, ਸਾਰਾ ਕੁਛ ਆਉਂਦਾ, ਸੋਕੀ ਤੇ ਬਾਈ ਮੁੱਕਰਾ ਨਾ ਹੋਣ, ਗੱਡੀ ਚਲਾਉਣੀ ਆਉਂਦੀ ਆ ਸਾਨੂੰ, ਠੀਕ ਆ, ਐਂ ਕਰੋ ਗੱਡੀ ਲੈ ਤੂੰ ਮੈਨੂੰ ਦੱਸੀ ਜਾਈਓ ਤੁਸੀਂ, ਬਸ ਮੈਂ ਬ੍ਰੇਕਾਂ ਦੇ ਪੈਰ ਧਰ ਕੇ ਆਏ, ਸਾਗਰ ਦੀ ਵੱਟੀ ਲੈਂਦੀ ਇੰਡੀਕਾ ਚਲਾ, ਮੈਨੂੰ ਵੀ ਤੂੰ ਮੇਰਾ ਮਗਰ ਜੀ ਤੂੰ ਸਿੱਖਿਆ, ਦੇਖੀ ਫਿਰ ਚੱਲਦੀ ਗੱਡੀ। ਗੱਲ ਸੁਣ, ਮੇਰਾ ਬੀਪੀ ਨਾਮ ਵਧਾ, ਠੀਕ ਹੈ, ਐਂ ਕਿਉਂ ਕਰਦੇ ਹੋ, ਗੱਡੀ ਸਿਖਾਉਂਦੇ ਨੀ ਹੈਗੇ ਹੋਣਾ, ਜਿਹੜਾ ਕੁਛ ਤੈਨੂੰ ਆਉਂਦਾ ਉਹੀ ਬਹੁਤ ਹੈ, ਰੋਟੀ ਪਕਾ ਲੈਣੀ ਹੈ, ਦਾਲ ਸਬਜ਼ੀ ਬਣਾ ਲੈਣੀ ਹੈ, ਝਾੜੂ ਪੋਚਾ ਲਾ ਲੈਣੀ ਹੈ, ਇੰਨਾ ਕੁਛ ਤਾਂ ਸਿੱਖ ਰਹੀ ਹੈ ਹੁਣ, ਉਹ ਸਿਖਾਉਂਦੇ ਨੀ ਗੱਡੀ, ਹਾਂ ਕਹਿੰਦੇ ਨੀ ਸਿਖਾਵਾਂ ਫਿਰ ਹਰਦੀ ਨੀ, ਕਿਉਂ ਲੈ ਕਰ ਬਿੱਲੇ ਰਾਮ ਸੋਕੀ ਦੇ ਬਾਈ ਕੁਛ ਨਹੀਂ ਹੁੰਦਾ, ਚੰਗਾ ਲੱਗਦਾ ਜੇ ਮੈਨੂੰ ਸਿੱਖੀ ਲੂਕ ਨਾ ਸਿੱਕੀ ਉਹਦੀ ਉਹੀ ਵਰਤਦੇ, ਇਹਨੂੰ ਸਟੇਰਿੰਗ ਫੜਾਏ ਦੇ, ਹਾਂ ਦੀਦੀ ਫਿਰ ਸਿੱਖੇਗੀ, ਸੋਕੀ ਦੇ ਬਾਈ ਫਿਰ ਕੀ ਹੁੰਦਾ ਗੱਡੀ ਹੈ ਸਿੱਖਦੇ, ਮੈਂ ਕਿਹੜਾ ਜਹਾਜ਼ ਦੀ ਬਾਰੀ ਨੂੰ ਹੱਥ ਪਾਇਆ ਹੈਗਾ, ਫਿਰ ਪਵਾ ਦਾ ਸਟੇਰਿੰਗ ਨੂੰ ਹੱਥ, ਉਰੇ ਕਿੱਥੇ ਆ ਗੱਡੀ, ਪਹਿਲਾਂ ਗੱਡੀ ਲਵੇ ਨਾ ਬਗ, ਚਲੋ ਤੈਨੂੰ ਤਾਂ ਚਾਰ ਸਿੱਖੇਗੀ ਗੱਡੀ, ਕਿਉਂ ਪਹਿਲਾਂ ਡੇਟ ਠੀਕ ਸੀ, ਦੂਜਾ ਵੀ ਪਾਟਾ ਸੀ, ਤੀਜਾ ਵੀ ਪਾਟਾ ਸੀ, ਹੁਣ ਕਿੱਥੇ ਜਾਣੀ ਹੈ, ਮੈਂ ਨਾ ਜਾਣੀ ਹੈ ਗੱਡੀ ਜ਼ਰੂਰ ਸਿੱਖ ਕੇ ਆਊਂਗੀ, ਗੱਡੀ ਲੈ ਕੇ ਆਊਂਗੀ, ਉਹ ਆਪ ਚਲਾ ਕੇ ਲੈ ਗਿਆ, ਹੁਣ ਗੱਡੀ ਸਿੱਖਣ ਵਾਸਤੇ ਘਰ ਛੱਡ ਕੇ ਜਾਵੇਗੀ, ਮੈਂ ਪਹਿਲੀ ਪਾਰ ਕੇ ਨੇ ਬਾਈ ਚ ਕੱਪੜੇ, ਮੈਨੂੰ ਪਤਾ ਸੀ ਤੁਸੀਂ ਪੁੱਠੇ ਦਿਮਾਗ ਦਿਓ, ਤੁਸੀਂ ਮੈਨੂੰ ਗੱਡੀ ਨਹੀਂ ਸਿਖਾਉਣੀ, ਮੈਂ ਜੀਵਨ ਨੂੰ ਫੋਨ ਕਰਦਾ, ਜੀਵਨ ਕਹਿੰਦਾ ਹੁਰੀ ਆ ਜਾ ਭੈਣੇ ਮੈਂ ਗੱਡੀ ਸਿਖਾ ਦੂੰਗਾ ਤੈਨੂੰ, ਹਾਏ ਮੇਰੇ ਸਾਲੇ ਦੇ, ਉਹ ਵੀ ਤੇਲ ਤਿਆਰ ਰੱਖਦੇ ਨੇ, ਹੈ ਉਹਨਾਂ ਨੂੰ ਪਤਾ ਨਾਲੇ ਜੇ ਮਰ ਖਪ ਗਈ ਮੇਰਾ ਕੌਣ ਹੈ ਮਗਰ, ਸੋਕੀ ਬਾਹਰ ਬੈਠੇ ਹੋਰ ਵਿਆਹ ਕਰਾਉਣੇ ਆ, ਮੈਂ ਜਾਣੀ ਆ, ਤੂੰ ਮੇਰੀ ਗੱਲ ਤਾਂ ਸੁਣ ਲੈ, ਜਨਾਨੀ ਨੇ ਸਾਰੀ ਦੁਨੀਆ ਬਿਪਤਾ ਚ ਪਾ ਰੱਖੀ ਹੈ, ਸਾਹਮਣੇ ਹੁੰਦੀ ਪਹਿਲਾਂ ਗੋਲੀ ਉਹਦੀ ਮਾਰ ਦਿੰਦਾ, ਸਾਗਰ ਦੀ ਵੋਟੀ ਦੇ ਲਓ ਬੇਚਾਰੀ ਕੀ ਕਹਿੰਦੀ ਹੈ ਕਿ ਗੱਡੀਆਂ ਪਛਾਉਂਦੀ ਆ, ਸਾਰੇ ਛੇੜ ਕੇ ਸਾਰੀ ਦੁਨੀਆ ਤੇ ਦੁਖੀ ਕਰਖੀ ਹੈ, ਕੁਛ ਨੀ ਹੁੰਦਾ ਮੇਰਾ ਦਿਮਾਗ ਹਿਲਾ ਦੇਗੀ, ਤੂੰ ਐ ਦੱਸ ਤੈਨੂੰ ਬੰਦਾ ਚਾਹੀਦਾ ਕਿ ਸਾਗਰ ਦੀ ਬਹੁਤੀ ਮੰਗੂ ਗੱਡੀ ਚਾਹੀਦੀ ਹੈ, ਮੈਂ ਤਾਂ ਜਾਣੀ ਆ, ਮੈਂ ਤਾਂ ਜੀਵਨ ਨੂੰ ਕਹਿ ਦੂੰਗੀ ਜੀਵਨ ਮੈਂ ਤਾਂ ਗੱਡੀ ਲੈ ਕੇ ਜਾਣੀ ਆ, ਗੱਡੀ ਨਾਲ ਮੇਰਾ ਭਾਈ ਮੈਨੂੰ ਮੰਨ ਜਾ, ਪੁਰਾਣੀ ਮਰੂਤੀ ਲੈ ਕੇ ਦੇ ਦੂੰਗਾ ਜੀ, ਹੋਰ ਨੀ ਲੈ ਦੇਖ ਲੈ, ਹਾਏ ਓਏ ਮੇਰਾ ਰੱਬਾ ਕੁਛ ਨੀ ਹੁੰਦਾ, ਤੂੰ ਇੰਨੇ ਕੰਮ ਤਾਂ ਸਿੱਖ ਰਹੀ ਹੈ, ਹੈ ਗੱਡੀ ਨਾਲ ਕਿਹੜਾ ਜਾ ਦੇ ਰੱਬ ਥੱਲੇ ਤੇਰੇ, ਨਾਲ ਨਾਲ ਲੋਕ ਆਏ ਕਿਆ ਕਰਨਗੇ, ਬਿੱਲਰਾਂ ਹੁੰਦੀ ਵੋਟੀ ਲੈਂਦੀ ਗੱਡੀ ਚਲਾ, ਦੇਖਦਾ ਮਨ ਦੀ ਨੀ ਖਾਜਾ, ਹੁਣ ਗੱਲ ਤਾਂ ਸੁਣ ਲੈ, ਇੱਡੀ ਕੀ ਕਾਲੀ ਹੋ ਰਹੀ ਹੈ, ਮੈਨੂੰ ਬਗ ਜਾਣ ਦੇ, ਕਿਉਂ ਮੇਰੀ ਜਾਨ ਗੱਡੀ ਸਿੱਖਣੀ ਆ, ਖਾਜਾ ਖਾਜਾ ਫਿਰ ਗੱਡੀ ਮੈਂ ਕਰਦਾ ਕੋਈ ਹੀਲਾ, ਗੱਡੀ ਪੁੱਛਦਾ ਉਰੀ ਸਿਖਾ ਦੂੰਗਾ, ਕੁਛ ਨੀ ਹੁੰਦਾ ਜੇ ਮਾੜੀ ਮੋਟੀ ਕਾਸ ਲੱਗੀ ਰੰਗ ਰੋਗਨ ਕਰਾ ਦਾਂਗੇ, ਰੰਗ ਰੋਗਨ ਕਰਾ ਦਾਂਗੇ, ਅਗਲਾ ਹੁਣੇ 2 ਲੱਖ ਲਾ ਕੇ ਹੈ,
ਰੰਗ ਰੋਗ ਨਹੀਂ ਕਰਾ ਦਿੰਦਾ ਗਾ ਕੁਛ ਨਾ ਪਿਆ ਜਾ ਲੈ ਲਾਂਗੇ ਆਪਾਂ ਨਾਲ ਅਗਲੇ ਨੂੰ ਉੱਚਾ ਲੈਣ ਦੇ ਵੀ ਗੱਡੀ ਕੀਦੀ ਮੰਗਾ ਕਿਹੜੀ ਗੱਡੀ ਮੰਗਾ ਚੁੱਪ ਤਾ ਕਰ ਜਾ ਚੰਗਾ ਠੀਕ ਆ ਲੈ ਆਓ ਫਿਰ ਜਾ ਭਗ ਜਾ ਲੈ ਬੱਲੇ ਰਾਮ ਇਹ ਤਾਂ ਹੁਣ ਛਾਪਾ ਛਿਰ ਗਿਆ ਹੁਣ ਤੇਰੇ ਕੋ ਪਾਛੇ ਘਰ ਪਟੂਗਾ ਐ ਚਲਾ ਐ ਕਰਦੇ ਨਹੀਂ ਸਿੱਤਰ ਦੇ ਕਰਦੇ ਹਾਰੇ ਵੀ ਤੇਰੀ ਤਾਂ ਸਕੀਮ ਦੇਖ ਕੇ ਬੱਚਾ ਤਾਂ ਦੀ ਪਚੰਦਰਾ ਮੈਂ ਫਸ ਗਿਆ ਲੈ ਕਰ ਸੋਚੀ ਕੀ ਜਾਣਾ ਚੰਗਾ ਐ ਕਰੀ ਹਾਂਜੀ ਹੁਣ ਮਗਰੋਂ ਨਾ ਬੈਗ ਚੱਕ ਕੇ ਭਾਜੀ ਮੈਂ ਗੱਡੀ ਲੈ ਕੇ ਆਣਾ ਚੰਗਾ ਜੀ ਛੇਤੀ ਲਿਆਓ ਗੱਡੀ ਹੈ ਚੰਗਾ ਦਿਮਾਗ ਲਾ ਲੈ ਰੋਟੀ ਟੁੱਕ ਤਾਂ ਮੈਨੂੰ ਪੁੱਛਿਆ ਨੀ ਛੇਤੀ ਗੱਡੀ ਦੀ ਕਾਲ ਹੋ ਗਈ ਕਹਿੰਦੀ ਗੱਡੀ ਜੀ ਆਪਾਂ ਢਾਬੇ ਤੇ ਗੱਡੀ ਲਾ ਦਾਂਗੇ ਜੀ ਆਪਾਂ ਉੱਥੇ ਖਾਵਾਂਗੇ ਰੋਟੀ ਜਾਓ ਮੈਨੇ ਕੱਪੜੇ ਬਦਲਦੇ ਤੁਹਾਡੇ ਆਉਂਦੇ ਠੀਕ ਆ ਜੇ ਢਾਬੇ ਤੱਕ ਪਹੁੰਚਾਂਗੇ ਤਾਂ ਹੀ ਭਗ ਜਾਓ ਤੁਸੀਂ ਮਾੜੀ ਸੋਚਿਆ ਸੋਚ ਦਿਓਗੇ ਹੈ ਭਗ ਜਾਓ ਛੇਤੀ ਜਾਓ ਛੇਤੀ ਜਾਓ ਭੱਜ ਕੇ ਜਾਓਗੇ ਨਾ ਤਿਆਰ ਹੁੰਦੀ ਆ ਕੱਪੜੇ ਦੂਜੇ ਪਾਉਣੇ ਆ ਲੈ ਨਛੇਤਰ ਨੇ ਤਾਂ ਦਵੇ ਘੁੱਟੇ ਨੇ ਹਾਂ ਕਰਤੀ ਸੱਚੇ ਪਾਤਸ਼ਾਹ ਬੈਗਰੂ ਜਾਣੇ ਕੀ ਬਣੂ ਦੁਨੀਆਂ ਦਾ ਇਹਨੂੰ ਕਹਿਣਾ ਜੇ ਮਨ ਜੇ ਹੋਰ ਕੀ ਰਹਿਤਾ ਸੁਣਦਾ ਨੀ ਹਾਂਜੀ ਆ ਗਈ ਲੈ ਕੱਢ ਲਈ ਟੋਰ ਇਹਨੇ ਤਾਂ ਕੱਥੇ ਮੰਨਣ ਵਾਲੀ ਹੈ ਮੈਂ ਤਾਂ ਕਹਿੰਦਾ ਜੀ ਤੇਰਾ ਹੋਰ ਸੋਚ ਲੈ ਕੀ ਮੰਗਦੀ ਆ ਗੱਡੀ ਗੁੱਡੀ ਤੋਂ ਹਾਏ ਹਾਏ ਮੈਨੂੰ ਤਾਂ ਲੱਗਦਾ ਤੁਸੀਂ ਬਦਲੋਗੇ ਮੈਨੂੰ ਪਹਿਲਾਂ ਹੀ ਪਤਾ ਸੀਗਾ ਮੈਂ ਕਾਨੂੰਨ ਬਦਲੂਗਾ ਮੈਂ ਉਹ ਪਿਆ ਮੇਰਾ ਤਾਂ ਅਜੇ ਫਿਰ ਉਹ ਤਾਂ ਮੈਨੂੰ ਵੀ ਦਿਖਦਾ ਹੈ ਉਹ ਖੜੀ ਆ ਗੱਡੀ ਨਛੇਤਰ ਵਾਲੀ ਲਿਆਂਦੀ ਹੈ ਨਾਲ ਨਛੇਤਰ ਵੀ ਆਏ ਚੱਲਦੇ ਆ ਹੌਲੀ ਬਗ ਚੱਲ ਐਡਾ ਕੀ ਤੂੰ ਤਾਂ ਜਿਵੇਂ ਗਾਹਾਂ ਲੰਗਰ ਲੱਗ ਰਿਹਾ ਹੋਵੇ ਐ ਭੱਜਣ ਲੱਗ ਰਹੀ ਹੈ ਆਜੋ ਚੱਲੀ ਠੀਕ ਹੋ ਤੁਸੀਂ ਤਾਂ ਹਲਕਾ ਠੀਕ ਹੈ ਪਰ ਮੈਨੂੰ ਮੁੜਦੇ ਹੋਏ ਠੀਕ ਨਹੀਂ ਲੱਗਦਾ ਢੰਗ ਜਿਹੜੇ ਸ਼ਾਮ ਨਾਲ ਦੇਵੀ ਮਾਤਾ ਦੀ ਕਿਰਪਾ ਹੈ ਦੇਵੀ ਮਾਤਾ ਦੀ ਕਿਰਪਾ ਆਪਣੇ ਤੇ ਉਸੇ ਅੰਦਾਜ਼ ਚੱਲੀ ਨਾ ਮੋਬਾਈਲ ਤੁਸੀਂ ਫੜ ਲਿਓ ਮੈਂ ਗੱਡੀ ਚਲਾਉਂਗੀ ਦੇਵੀ ਮਾਤਾ ਕੀ ਕਰੂਗੀ ਜੇ ਗੱਡੀ ਤਾਂ ਤੂੰ ਚਲਾਵੇਂਗੀ ਕੀ ਹੋ ਰਿਹਾ ਸੋਕੀ ਦੇ ਬਾਈ ਸਾਨੂੰ ਕੀ ਬੋਲੇ ਹੋ ਰਿਹਾ ਤੁਸੀਂ ਜਦ ਸੋਕੀ ਆਊਗਾ ਨਾ ਸੋਕੀ ਨੂੰ ਪਤਾ ਲੱਗ ਜੂਗਾ ਵੀ ਹਾਂ ਮੇਰੀ ਮੰਮੀ ਗੱਡੀ ਚਲਾਉਣ ਜਾਣਦੀ ਹੈ ਦੇਖਦੇ ਜਾਈਏ ਫਿਰ ਗੱਲ ਬਣ ਜੂਗੀ ਜੇ ਉਦੋਂ ਤੱਕ ਰਹਾਂਗੇ ਜਿਹਦੇ ਸ਼ਾਮ ਨਾਲ ਲੱਛਣ ਲੱਗ ਜੇ ਤੇ ਚਾਬੀ ਚਾਬੀ ਮੰਗਣ ਲੱਗ ਰਹੀ ਹੈ ਅਮਰ ਬਾਊ ਕੀ ਦੁਆ ਨਾਲ ਅਮਰੂ ਨਾਲ ਆਪਾਂ ਨੂੰ ਮਰਵਾਊ ਮੰਡੀ ਚ ਸਿਖਾਵਾਂ ਖੁੱਲੇ ਥਾਂ ਚ ਉਰੋ ਕਿਵੇਂ ਦੱਸਾਂਗੇ ਤੈਨੂੰ ਉੱਥੇ ਮੰਡੀ ਚ ਸਿਖਾਵਾਂਗੇ ਮੇਰੀ ਗੱਲ ਸੁਣੋ ਸੋਕੀ ਦਵਾਈ ਇਹ ਤੋਂ ਕੀ ਕਰਵਾਵਾਂਗੇ ਆਪਾਂ ਦੋਨੇ ਭਗ ਚੱਲਾਂਗੇ ਆਪਾਂ ਦੋਨੇ ਚੱਲਾਂਗੇ ਤੋਂ ਕੀ ਕਰਾਣਾਗਾ ਨਾ ਨਾ ਅਗਲੇ ਦੀ ਗੱਡੀ ਹੈ ਹਾਂ ਮੈਨੂੰ ਕੱਠੇ ਨਾ ਭੇਜਦਾ ਹੀ ਦੱਸੂਗਾ ਵੀ ਹੁਣ ਪਹਿਲਾ ਗੇਰ ਲਾਓ ਹੁਣ ਦੂਜਾ ਲਾਓ ਤੂੰ ਪਰਲੇ ਪਾਸੇ ਵਿੱਚ ਬੈਗੀ ਤੈਨੂੰ ਮੈਂ ਦੱਸੂਗਾ ਵੀ ਆਹ ਗੇਰ ਹੈ ਆਹ ਕਲੱਚ ਹੈ ਇਹ ਚੱਲਣਾ ਹੈ ਤੈਨੂੰ ਇੱਕ ਵਾਰੀ ਸਿਖਾਉਂਗਾ ਨਾ ਵਿੱਚ ਬੈਠਣ ਵਾਸਤੇ ਥੋੜੀ ਆਈ ਆਂ ਕਿ ਮੈਂ ਗੱਡੀ ਚਲਾਉਣ ਵਾਸਤੇ ਆਈ ਆਂ ਉਹ ਫਿਰ ਸਿਖਾਵਾਂਗੇ ਪਹਿਲਾਂ ਸਿੱਖਤਾ ਲੈ ਵੀ ਐ ਗੇਰ ਪੈਂਦਾ ਐ ਕਲੱਚ ਦੱਬਣਾ ਹੈ ਇੱਕੋ ਦਮ ਨਹੀਂ ਗੱਡੀ ਦਾ ਸਟੀਅਰਿੰਗ ਫੜਦੇ ਹੁੰਦੇ ਬੈਠੂਗੀ ਮੈਂ ਉਧਰ ਆ
ਇਹਦੇ ਨੀ ਸਿੱਖੇ ਬਿਨਾ ਮੰਨਦੀ ਹੁਣ। ਚੱਲ ਸਿੱਧਾ ਕਰਾ ਸਿਖਾ ਕੇ ਲੈ ਕੇ ਆਈ ਗੱਡੀ ਮੈਨੂੰ ਸਿਖਾਉਂਗਾ ਜਮਾ ਇਹਨੂੰ ਡਰਾਈਵਰ ਬਣਾ ਦਾਂਗਾ ਜੀ ਤੈਨੂੰ। ਹਾਂ ਖਿੱਚ ਦੇ ਤੇ ਆ ਦੇਖ ਆ ਪਤਾ ਪਹਿਲਾ ਗੇਰ। ਅੱਛਾ ਆ ਛੱਡਦਾ ਕਲੱਚ। ਅੱਛਾ ਆ ਦੇਤੀ ਰੇਸ ਗਈ ਹੈ। ਹਾਂ ਜਿੰਨੀ ਸ਼ੌਕੀ ਤੈਨੂੰ ਲੱਗਦੀ ਹੈ ਇੰਨੀ ਸ਼ੌਕੀ ਨਹੀਂ ਹੈਗੀ। ਹਾਂ ਪਹਿਲਾਂ ਸਿੱਖ ਲੈ। ਲੈ ਆ ਜਾਓ ਜੀ ਫਿਰ ਹੁਣ। ਹਾਂ ਹਾਂ ਜੀ ਫੜਾਓ ਆ ਜਾਓ ਹੁਣ ਚਲਾਣਗੇ ਨੀ ਫਿਰ ਮੈਂ ਤਾਂ ਥੱਲੇ ਉੱਤਰ ਜਾ। ਆ ਚੱਕ ਲੋ ਯਾਰ ਲੋਕ ਅੰਦਰ ਉੱਪਰ ਲੋਕ ਚੱਕੋ ਕਿੱਧਰ। ਅੱਛਾ ਬੋਲੋ ਠੀਕ ਹੈ ਮੈਂ ਤਾਂ ਥੱਲੇ ਉੱਤਰ ਜਾ। ਮੈਂ ਜੀ ਤੇ ਬੱਟਾ ਰਾ ਵਿੱਚ ਸੌਕੀ ਦੇ ਭਾਈ ਇੱਥੇ ਹੁਣ ਥੱਲੇ ਕਿੱਥੇ ਬੱਟਾ ਰਾ। ਮੈਂ ਥੱਲੇ ਉੱਤਰ ਕੇ ਦੇਖ ਲੈਂਦਾ ਚਲਾਣੀ ਵੀ ਆਂਦੇ ਕਿਤੇ ਮਾਜ ਦੇ ਦੋਆਂ ਨੂੰ। ਆਏ ਕਰਨ ਸਿੱਧਾ ਤੂੰ ਪਹਿਲੇ ਪਾਸੇ ਬਹਿ ਜਾ। ਪਹਿਲੇ ਪਾਸੇ ਬੈਠਾ ਹਾਂ ਮੈਨੂੰ ਦੱਸੀ ਜਾਈ ਫਿਰ। ਹਾਂ ਦੱਸੀ ਜਾਈ। ਹਾਂ ਫਿਰ ਹੀ ਸਿੱਖੂਗੀ ਮੈਂ। ਲੈ ਵੀ ਜੈ ਮਾਤਾ ਰਾਣੀ। ਡਰਾਈਵ ਨਹੀਂ ਸਿਖਿਆ ਦੀ ਮੈਨੂੰ ਤੇਰਾ ਬਸ ਅੱਗੇ ਕਰੋ ਪਹਿਲਾਂ ਉੱਪਰ ਦੀ ਗੋਲ 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 ਚੱਲ ਰਹੀ ਚੱਲ ਰਹੀ ਸਿੱਖ ਗਈ ਸਿੱਖ ਗਈ। ਦੋਏ ਟੱਪ ਲਿਆ ਆਏ ਕਾਟੋ ਉਹ ਕਰ ਗਿਆ ਹੈ ਦੋਏ ਟੱਪ ਲਿਆ। ਹਾਂ ਬੋਲ ਇੱਧਰੇ ਪਰ ਕਹਾ ਲੈ ਕੇ ਜਾਊਂਗੀ ਰੋਕ ਲੈ ਪਹਿਲਾਂ ਰੋਕ ਰੱਬਾ ਮੈਨੂੰ ਲੱਗਦਾ ਕੱਢੇ ਪਿੱਛੇ ਹੋ ਜਾ ਮੇਰੀ ਗੱਲ ਸੁਣ ਸਪਰੇ ਸੱਕ ਕਰਦਾ ਗਾ ਜਾਣ ਕੇ ਮੂਹਰੇ ਆਉਂਦਾ ਗਾ ਜਦ ਮੈਂ ਹੁਣ ਗੱਡੀ ਸਿੱਧਾ ਤੂੰ ਬਦਲਾ ਦੇਗਾ ਇਹਨੂੰ। ਹਾਂ ਸਾਰਾ ਕੁਝ ਸਿੱਧਾ ਪਹਿਲਾਂ ਆ ਲੱਤ ਵਾਲਾ ਕਲੱਚ ਦੱਬੋ ਕਿਹੜਾ ਆ ਦੱਬੋ ਲੱਤ ਵਾਲਾ ਗੱਬ ਰੱਖੀ ਆ ਲਿਆ ਫੇਰ ਪੈ ਗਿਆ ਹੁਣ ਛੱਡੋ ਹੌਲੀ 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 ਨਾ ਛੱਡਾਂ। ਹਾਂ ਹੁਣ ਮੈਂ ਸਿੱਖ ਗਈ ਹੁਣ ਮੈਂ ਸਾਰੇ ਗੇਅਰ ਪਾ ਸਕਦੀ ਹਾਂ ਹੁਣ ਪਾ ਸਕਦੀ ਹਾਂ ਸਾਰੇ ਪਾਵੇਂਗੀ ਅਰੇ ਛਾ ਕਾ ਤੋ ਦਨੀ ਆ ਮੇਰਾ ਦਿਲ ਘਬਰਾਉਂਦਾ ਰੇਸ਼ ਨਾ ਦੇ ਜਾ ਦੇ ਇੰਨੇ ਗੇਅਰ ਕਾਟੋ ਬਦਲੀ ਜਾਨੀ ਆ ਮਾਰੇਂਗੀ ਅੱਗੇ ਦਰਖਤ ਹੈ ਰੋਕ ਲੈ ਇੰਨੀ ਤੇਜ਼ ਕਾਟੋ ਕਰੀ ਜਾਨੀ ਆ ਹੌਲੀ ਤੋੜ ਲੱਗੇ ਦਰਖਤ ਹੈ ਕਿੱਥੇ ਆ ਪਰ